ਛੱਜ ਤਾਂ ਬੋਲੇ ਛਾਨਣੀ ਕੀ ਬੋਲੇ। ਜਦੋਂ ਦਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਨੇ ਮੋਦੀ ਸਰਕਾਰ ਨੂੰ ਕੋਰੀ ਨਾ ਕੀਤੀ ਆ ਕਿ ਅਸੀਂ ਨਹੀਂ ਜਿਹੜੇ ਕਿਸਾਨ ਜਿਹੜੇ ਪ੍ਰੋਟੈਸਟ ਕਰਨ ਆਏ ਆ ਪ੍ਰਦਰਸ਼ਨ ਕਰਨ ਆਏ ਆ ਇੱਥੇ ਜਥੇਬੰਦੀਆਂ ਸਾਡੀਆਂ ਜਿਹੜੀ ਕਿਸਾਨ ਦੇਸ਼ ਦੀਆਂ ਆਈਆਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਨਹੀਂ ਕਰਨ ਦੇਣਾ ਸਟੇਡੀਅਮਾਂ ਦੇ ਵਿੱਚ, ਅਤੇ ਉਦੋਂ ਤੋਂ ਮੋਦੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਇਹਨਾਂ ਦੀ ਬਦਨਾਮੀ ਕਰਾਉਣ ਵਾਸਤੇ ਗੱਲ ਕੀਤੀ ਹੈ। ਜਿਹੜਾ ਕਾਨੂੰਨ ਪਾਸ ਹੀ ਦੇਸ਼ ਦੀ ਪਾਰਲੀਮੈਂਟ ਨੇ ਕੀਤਾ, ਜਿਹਦੇ 'ਤੇ ਰਾਸ਼ਟਰਪਤੀ ਨੇ ਸਾਈਨ ਕਰਤੇ, ਜਿਹਨੂੰ ਵਾਪਸ ਲੈਣ ਦਾ ਅਧਿਕਾਰ ਸਿਰਫ ਅਤੇ ਸਿਰਫ ਮੋਦੀ ਕੋਲ ਹੈ, ਉਹਦੇ 'ਤੇ ਅਰਵਿੰਦ ਕੇਜਰੀਵਾਲ ਦਾ ਕਰਨਾ ਨਾ ਕਰਨਾ ਕਿਸ ਤਰ੍ਹਾਂ ਫਰਕ ਪਾ ਸਕਦਾ? ਅਤੇ ਜਿਹੜਾ ਹੱਲ ਇੱਕ ਦੇਸ਼ ਦਾ ਇੱਕ ਪ੍ਰਦੇਸ਼ ਦਾ ਮੁੱਖ ਮੰਤਰੀ ਕਰ ਸਕਦਾ ਹੁੰਦਾ, ਅਤੇ ਹੁਣ ਨੂੰ ਫਿਰ ਪੰਜਾਬ ਦੇ ਕਿਸਾਨ ਇੱਥੇ ਕੀ ਲੈਣਾ ਆਇਆ ਸੀ? ਸਾਡਾ ਕੰਮ ਉੱਥੇ ਹੱਲ ਹੋ ਜਾਣਾ ਸੀ। ਸੋ ਇਹ ਬਿਲਕੁਲ ਇਹ ਐਵੇਂ ਜਿਹੜਾ ਨਜਾਇਜ਼ ਇਸ ਸੰਘਰਸ਼ ਨੂੰ ਭਟਕਾਉਣ ਲਈ ਕੀਤਾ ਜਾ ਰਿਹਾ, ਇਸ ਸੰਘਰਸ਼ ਨੂੰ ਡੀਰੇਲ ਕਰਨ ਲਈ ਕੀਤਾ ਜਾ ਰਿਹਾ। ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਮੋਦੀ ਸਰ ਜੋ ਦਿੱਲੀ ਕੇ ਮੁੱਖ ਮੰਤਰੀ ਕਾ ਜੋ ਦੋਹਰਾ ਚਿਹਰਾ ਹੈ ਵੋ ਸਾਹਮਣੇ ਆ ਗਿਆ। ਨਹੀਂ ਕੋਈ ਦੋਹਰਾ ਚਿਹਰਾ ਨਹੀਂ, ਜਦੋਂ ਮੋਦੀ ਵਾਪਸ ਲੈ ਲੂਗਾ ਸਾਰਾ ਕੁਝ ਵਾਪਸ ਹੋ ਜੂਗਾ, ਜੇ ਕਿਸੇ ਨੇ ਕੋਈ ਕੀਤਾ ਵੀ ਹੈ ਤਾਂ। ਪਹਿਲੀ ਗੱਲ, ਇਹਦੇ ਨਾਲ ਕੋਈ ਫਰਕ ਹੀ ਨਹੀਂ ਪੈਣਾ, ਕੁਛ ਨਹੀਂ ਹੋਣਾ। ਸੋ ਇਹਨਾਂ ਐਵੇਂ ਗੱਲਾਂ ਇਹ ਸਿਰਫ ਅਤੇ ਸਿਰਫ ਕਹਿੰਦੇ ਨੇ ਮਾੜੇ ਦੀ ਘਰ ਵਾਲੀ ਹਰੇਕ ਦੀ ਭਰਜਾਈ, ਸੋ ਉਸ ਕਰਕੇ ਅਰਵਿੰਦ ਕੇਜਰੀਵਾਲ ਮੂੰਹ ਕਰ ਲੈਂਦੇ ਆ ਰਲ ਕੇ ਸਾਰੇ ਜਾਣੇ। ਇਹ ਕੈਪਟਨ ਅਮਰਿੰਦਰ ਸਿੰਘ ਜਿਹਨੇ ਆਪ ਇਸ ਤਰ੍ਹਾਂ ਦਾ ਬਿੱਲ ਪਾਸ ਕੀਤਾ ਹੋਇਆ, ਅਤੇ ਫਿਰ ਉਹ ਕਿਉਂ ਨਹੀਂ ਵਾਪਸ ਲਿਆਉਣੇ? ਸੋ ਇਹ ਗੱਲਾਂ ਹੈ ਜਿੱਦੇ ਮੋਦੀ ਨੇ ਵਾਪਸ ਕਰ ਲਿਆ, ਔਰ ਉਹ ਕਰਨਾ ਪੈਣਾ। ਸਾਡੇ ਦੇਸ਼ ਦੇ ਕਿਸਾਨ ਉਹ ਤੋਂ ਕਰਾ ਕੇ ਰਹਿਣਗੇ, ਸਾਡੇ ਦੇਸ਼ ਦੇ ਮਜ਼ਦੂਰ ਉਹ ਤੋਂ ਕਰਾ ਕੇ ਰਹਿਣਗੀਆਂ, ਸਾਡੀਆਂ ਇਨਸਾਫ ਪਸੰਦ ਜਥੇਬੰਦੀਆਂ ਤੋਂ ਕਰਾ ਕੇ ਰਹਿਣਗੀਆਂ, ਉੱਥੇ ਸਾਰਾ ਕੁਝ ਠੀਕ ਹੋ ਜਾਣਾ। ਲੇਕਿਨ ਕੱਲ੍ਹ ਜਿਸ ਤਰੀਕੇ ਸੇ ਕਿਸਾਨ ਇੱਕ ਵਾਰ ਫਿਰ ਬੈਠਕ ਹੋਈ ਹੈ ਕੇਂਦਰ ਸਰਕਾਰ ਕੇ ਸਾਥ, ਕਿਆ ਲੱਗਤਾ ਹੈ ਕਿ ਜਲਦੀ ਹੱਲ ਕੋਈ ਨਿਕਲੇਗਾ? ਨਾ ਕੱਢਣ ਕਰਾ ਲਾਂਗੇ, ਇਹ ਤਾਂ ਹੋ ਹੀ ਜਾਣਾ, ਹੋਏਗਾ। ਦੇਖੋ, ਕੇਜਰੀਵਾਲ ਦਾ ਪੱਤਰ ਨਹੀਂ, ਉਹ ਦਿੱਲੀ ਸਰਕਾਰ ਦਾ ਪੱਤਰ ਹੈ, ਪਹਿਲੀ ਗੱਲ ਕਲੀਅਰ ਕਰਦੇ ਆ। ਔਰ ਤੁਸੀਂ ਦੇਖੋ ਕਿ ਅੱਜ ਇਹ ਜਿਹੜੇ ਬਿੱਲ ਨੇ ਇਹ ਪੂਰੇ ਭਾਰਤ ਦੇ ਵਿੱਚ ਇਕੱਲੀ ਇਕੱਲੀ ਸਟੇਟ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਘੇਰਾ ਪਾਈ ਬੈਠੇ ਨੇ, ਕਿਉਂਕਿ ਅੱਜ ਮੋਦੀ ਸਾਹਿਬ ਤੋਂ ਸਾਰੇ ਪੁੱਛ ਰਹੇ ਨੇ ਕਿ ਇਹ ਕਾਨੂੰਨ ਜਿਹੜੀ ਤੁਹਾਡੀ ਮੰਗ ਕਿਹਨੇ ਕੀਤੀ ਸੀ? ਕਿਉਂਕਿ ਇਹ ਪਹਿਲਾਂ ਆਰਡੀਨੈਂਸ ਆਉਂਦੇ ਨੇ, ਉਹ ਤੋਂ ਬਾਅਦ ਲੋਕ ਸਭਾ ਦੇ ਵਿੱਚ ਬਿੱਲ ਆਉਂਦਾ, ਉਹ ਤੋਂ ਬਾਅਦ ਇਹ ਰਾਜ ਸਭਾ ਦੇ ਵਿੱਚ ਪਾਸ ਹੁੰਦਾ, ਉਹ ਤੋਂ ਬਾਅਦ ਇਹ ਰਾਸ਼ਟਰਪਤੀ ਸਾਹਿਬ ਦੇ ਸਾਈਨ ਹੋ ਕੇ ਕਾਨੂੰਨ ਬਣ ਜਾਂਦਾ। ਔਰ ਜਿਹੜਾ ਕਾਨੂੰਨ ਇੱਕ ਵਾਰ ਬਣ ਗਿਆ ਉਹ ਇਕੱਲੇ ਇੱਕ ਸਟੇਟ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਲਾਗੂ ਹੁੰਦਾ। ਔਰ ਤੁਸੀਂ ਇਹ ਦੇਖੋ ਕਿ ਅੱਜ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਇਹ ਕਾਂਗਰਸ ਦਾ ਪਹਿਲਾਂ ਦੋਹਰਾ ਚਿਹਰਾ ਜਿਹੜਾ ਸਾਹਮਣੇ ਆਇਆ, ਹਾਈ ਪਾਵਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਪੰਜਾਬ, ਇੱਕ ਸਾਲ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਬਾਹਰ ਨਹੀਂ ਆਉਣ ਦਿੰਦੇ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਬਾਦਲ ਕਿਆ ਨੇ ਕਿਵੇਂ ਇੰਜ ਨੂੰ ਇਸ ਬਿੱਲ ਨੂੰ ਵਾਰ ਵਾਰ ਜਾ ਕੇ ਲੋਕਾਂ ਨੂੰ ਕਿਹਾ ਕਿ ਕਿਸਾਨ ਗੁੰਮਰਾਹ ਕਰ ਰਹੇ ਆ, ਇਹ ਬਿੱਲ ਬਹੁਤ ਚੰਗੇ ਨੇ। ਜਦੋਂ ਕਿਸਾਨਾਂ ਨੇ ਉਹਨਾਂ ਦੇ ਗਲ ਗੁੱਠਾ ਦਿੱਤਾ, ਫਿਰ ਜਾ ਕੇ ਕਿਤੇ ਉਹਨਾਂ ਨੇ ਆਪਣਾ ਜਿਹੜਾ ਆ ਭਾਜਪਾ ਦੇ ਨਾਲ ਉਹ ਨਾਤਾ ਤੋੜਿਆ। ਔਰ ਸਭ ਤੋਂ ਪਹਿਲਾਂ ਪੂਰੇ ਦੁਨੀਆ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜੇਕਰ ਕੋਈ ਮੁੱਖ ਮੰਤਰੀ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਸੀ, ਜਿਹਨੇ ਸਭ ਤੋਂ ਪਹਿਲਾਂ ਜੰਤਰ ਮੰਤਰ 'ਤੇ ਆ ਕੇ ਧਰਨਾ ਲਾਇਆ ਕਿ ਇਹ ਕਾਨੂੰਨ ਜਿਹੜੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ। ਔਰ ਉਸ ਤੋਂ ਬਾਅਦ ਜਦੋਂ ਦੇ ਵੀ ਕਿਸਾਨ ਆਏ ਨੇ, ਜਿੰਨੇ ਜੋਗੇ ਵੀ ਹਾਂ, ਇਕੱਲੇ ਇਕੱਲੇ ਬਾਰਡਰ ਦੇ ਉੱਤੇ ਸਾਡੇ ਪੰਜਾਬ ਦੀ ਟੀਮ ਦੇ ਔਰ ਜਿਹੜੇ ਸਾਡੇ ਦਿੱਲੀ ਦੇ ਜਿਹੜੇ MLA ਨੇ ਉਹਨਾਂ ਦੇ ਮੰਤਰੀ ਸਾਹਿਬਾਨ ਨੇ, ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਿ ਇਕੱਲੇ ਇਕੱਲੇ ਮੋਰਚੇ ਨੂੰ ਜਿਹੜਾ ਆ ਉਹ ਅਸੀਂ ਉੱਥੇ ਜੋ ਪ੍ਰਬੰਧ ਕਰ ਸਕਦੇ ਹਾਂ, ਖਾਣ ਪੀਣ ਦਾ, ਟੋਇਲਟਸ ਦਾ, ਬਾਥਰੂਮ ਦਾ, ਨਾਲ ਪਾਣੀ ਦਾ ਅਤੇ ਹਸਪਤਾਲਾਂ ਦਾ, ਉਹ ਸਾਰੇ ਅਸੀਂ ਪ੍ਰਬੰਧ ਕਰਨ ਦੇ ਲੱਗੇ ਹੋਏ ਹਾਂ। ਤੋ ਲੱਗਤਾ ਹੈ ਕਿ ਉਹ ਕਹਿ ਰਹੇ ਹੈ, ਵਿਪਕਸ਼ ਕਹਿ ਰਿਹਾ ਹੈ ਕਿ ਦੋ ਮੂੰਹਾਂ ਚਿਹਰਾ ਜੋ ਹੈ ਉਹ ਸਾਹਮਣੇ ਆ ਗਿਆ ਹੈ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ, ਇੱਕ ਤਰਫ ਕਿਸਾਨੋਂ ਕੀ ਬਾਤ ਕਰਦੇ ਹੈ, ਦੂਸਰਾ ਦਿੱਲੀ ਮੇਂ ਕਾਨੂੰਨ ਜੋ ਹੈ ਉਹ ਲਾਗੂ ਕਰਦੇ ਹੈ। ਨਹੀਂ ਦੇਖੋ, ਅੱਜ ਗੱਲ ਮਕਸਦ ਕੀ, ਮੁੱਦਾ ਕੀ ਹੈ, ਅੱਜ ਜਿਹੜਾ ਪੰਜਾਬ ਦਾ ਕਿਸਾਨ ਉਹਦੀ ਕੇਂਦਰ ਦੇ ਨਾਲ ਮੋਦੀ ਦੇ ਨਾਲ ਸਿੱਧੀ ਟੱਕਰ ਹੈ। ਔਰ ਅੱਜ ਕਿਤੇ ਨਾ ਕਿਤੇ ਜਿਹੜੀਆਂ ਵਿਰੋਧੀ, ਤੁਸੀਂ ਆਪ ਗੱਲ ਕਰ ਰਹੇ ਹੋ ਕਿ ਵਿਪਕਸ਼ ਕਹਿ ਰਿਹਾ, ਵਿਪਕਸ਼ ਕਹਿ ਰਿਹਾ, ਕਿਸਾਨ ਤਾਂ ਨਹੀਂ ਨਾ ਕਹਿ ਰਹੇ, ਕਿਉਂਕਿ ਅੱਜ ਜਿਹੜੇ ਉਹ ਵਿਪਕਸ਼ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਸੰਘਰਸ਼ ਨੂੰ ਤਾਰ ਪੀਡੋ ਕੀਤਾ ਜਾਵੇ, ਇਹਨੂੰ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਕੈਪਟਨ ਸਾਹਿਬ ਪਹਿਲਾਂ ਵੀ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਕਹਿ ਹਟੇ ਨੇ ਕਿ ਕਿਸਾਨਾਂ ਨੂੰ ਧਰਨਾ ਚੁੱਕ ਲੈਣਾ ਚਾਹੀਦਾ। ਔਰ ਅੱਜ ਅਮਿਤ ਸ਼ਾਹ ਜੀ ਦੀ ਬੋਲੀ ਬੋਲ ਰਹੇ ਨੇ, ਉਹ ਕਹਿੰਦੇ ਉਹਨਾਂ ਨੂੰ ਬਰਾੜੀ ਚਲੇ ਜਾਣਾ ਚਾਹੀਦਾ। ਅੱਜ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਿਹੜੀ ਕੇਂਦਰ ਵਰਸਿਸ ਕਿਸਾਨ ਹੋਏ ਨੇ, ਉਹ ਜਿਹੜੀਆਂ ਇਹ ਵਿਪਕਸ਼ ਪਾਰਟੀਆਂ ਨੇ ਉਸ ਮੁੱਦੇ ਨੂੰ ਜਿਹੜਾ ਆ ਡਿਵਰਟ ਕਰਕੇ ਕੇਜਰੀਵਾਲ ਸਾਹਿਬ ਨਾਲ ਜੋੜਨਾ ਚਾਹੁੰਦੀਆਂ ਨੇ।